ਪੰਜਾਬ ਭਰ ਦੇ ਵਿੱਚ ਅੱਜ OPD ਬੰਦ ਰਹੀ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਖਾਸਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। PCMS ਐਸੋਸੀਏਸ਼ਨ ਦੇ ਵੱਲੋਂ ਡਾਕਟਰਾਂ ਦੀ ਅੱਜ ਹੜਤਾਲ ਹੋਈ ਹੈ। ਡਾਕਟਰਾਂ ਨੇ ਕਿਹਾ ਕਿ ਸਿਹਤ ਮੰਤਰੀ ਦੇ ਨਾਲ ਉਹਨਾਂ ਦੀ ਮੀਟਿੰਗ ਤਾਂ ਹੋ ਗਈ ਹੈ, ਪਰ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਆਸ਼ਵਾਸਨ ਨਹੀਂ ਮਿਲਿਆ। ਕੀ ਕਿਹਾ ਐਸੋਸੀਏਸ਼ਨ ਦੇ ਪ੍ਰਧਾਨ ਸੁਮਿਤ ਸਿੰਘ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਨਹੀਂ, ਤੁਸੀਂ ਦਿਖਾਓ ਤੁਸੀਂ ਵੀ ਕਿੱਥੇ ਮੰਨੀਆਂ ਸਰਕਾਰ ਨੇ। ਜਿਹੜੀ ਚਿੱਠੀ ਆਈ ਹੈ ਉਹਦੇ 'ਚ 3 ਸਮੇਂ ਦਾ ਅੱਗੇ ਸਮਾਂ ਪਾਤਾ, ਫਿਰ 3 ਮਹੀਨੇ ਦਾ ਸਮਾਂ ਪਾਤਾ, ਅਤੇ ਫਿਰ ਕਹਿਤਾ ਕਿ ਇਹਦੀ ਰਣਨੀਤੀ ਬਣਾਉਣੀ ਹੈ, ਆ ਕੇ ਸੋ ਉਹਦੀ ਵਿਚਾਰ ਕਰਾਂਗੇ। ਨੀਤੀ ਕਾਹਦੀ ਬਣਾਉਣੀ ਹੈ, ਇਹ ਤਾਂ ਪਹਿਲਾਂ ਸਕੀਮ ਲਾਗੂ ਹੈ, ਇਹ ਤਾਂ ਸਭ ਨੂੰ ਮਿਲਦੀ ਆਈ ਹੈ, ਇਹ ਤਾਂ ਮੰਤਰੀ ਸਾਹਿਬ ਨੂੰ ਵੀ ਮਿਲਦੀ ਆਈ ਹੈ, 4-9-14 ਦਾ ਫਾਇਦਾ ਤਾਂ ਉਹ ਵੀ ਲੈਂਦੇ ਰਹੇ ਆ। ਇਹ ਚੀਜ਼ ਨੀਤੀ ਕਿਹੜੀ ਬਣਾਉਣੀ ਹੈ, ਤਾਂ ਪਹਿਲਾਂ ਵੀ ਮਿਲ ਰਿਹਾ, ਹੁਣ ਸਾਡੇ ਸਿਵਲ ਸਰਜਨ ਨੂੰ ਮਿਲ ਰਿਹਾ, ਸਾਡੇ ਐਸਐਮਓਜ਼ ਨੂੰ ਮਿਲ ਰਿਹਾ, ਇਹ ਚੀਜ਼ ਲਾਗੂ ਹੈ, ਉਸਨੂੰ ਜਸ ਜਿਨ੍ਹਾਂ ਦੀ ਰੋਕੀ ਹੈ ਉਹਨਾਂ ਦਾ ਬਹਾਲ ਕਰਨਾ, ਇਸ 'ਚ ਨੀਤੀ ਕਿਹੜੀ ਬਣਾਉਣੀ ਹੈ, ਇਸ 'ਚ ਕਾਹਦੀ ਪੋਲਿਸੀ ਪਲਾਨ ਕਰਨੀ ਹੈ ਕੋਈ, ਅਤੇ 3 ਮਹੀਨੇ ਸਮਾਂ ਕਿਸ ਚੀਜ਼ ਲਈ ਚਾਹੀਦਾ? 3 ਮਹੀਨੇ ਸਮਾਂ ਤਾਂ ਤੁਸੀਂ ਟਾਈਮ ਵਧਾ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਅੱਗੇ ਪੰਚਾਇਤੀ ਚੋਣਾਂ ਦਾ ਚੋਣ ਜਾਬਤਾ ਲੱਗ ਜਾਏਗਾ, ਅੱਗੇ ਕੋਈ ਹੋਰ ਵੋਟਾਂ ਆ ਜਾਣਗੀਆਂ। ਸੋ ਇਹ ਚੀਜ਼ ਨੂੰ ਟਾਲਮ ਢੋਲ ਨਹੀਂ ਚਾਹੁੰਦਾ ਚਾਹੀਦਾ, ਜਨਤਾ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਜੋ ਤੁਹਾਡੀ ਸਪਸ਼ਟ ਗੱਲ ਹੈਗੀ ਹੈ ਉਹ ਤੁਸੀਂ ਪਬਲਿਕ 'ਚ ਕਰੋ, ਅਤੇ ਇਸ ਦਾ ਜਦੋਂ ਕੱਲ੍ਹ ਵਿੱਚ ਤੁਸੀਂ ਕਿਹਾ ਸੀ ਕਿ ਅਸੀਂ ਪ੍ਰਿੰਸੀਪਲ ਇਨ ਪ੍ਰਿੰਸੀਪਲ ਐਕਸੈਪਟ ਕਰਦੇ ਹਾਂ ਕਿ ਮਿਲਣੀ ਚਾਹੀਦੀ ਹੈ, ਦੇਣੀ ਚਾਹੀਦੀ ਹੈ, ਸ਼ਾਮ ਤੱਕ ਦੇ ਦੇਵਾਂਗੇ ਪੱਤਰ, ਉਹ ਆਇਆ ਨਹੀਂ ਪੱਤਰ, ਇਸ ਚੀਜ਼ ਦੀ ਹੜਤਾਲ ਹੈ। ਸਿਕਿਉਰਿਟੀ ਦਾ ਦੇਖੋ ਜੀ, ਮੁੱਦਾ ਬਹੁਤ ਸੀਰੀਅਸ ਹੈ, ਹਰ ਰੋਜ਼ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ, ਪੰਜਾਬ ਵਿੱਚ ਕੀ ਆਲ ਓਵਰ ਇੰਡੀਆ 'ਚ ਹੋ ਰਹੀਆਂ। ਕੱਲ੍ਹ ਵੀ ਪਰਸੋਂ ਵੀ ਸੰਗਰੂਰ ਹੋਈ ਹੈ ਇੱਕ ਘਟਨਾ, 4 ਦਿਨ ਪਹਿਲਾਂ ਡਕੌਲੀ ਹੋਈ ਹੈ ਜ਼ੀਰਕਪੁਰ ਕੋਲੇ ਡਕੌਲੀ। ਸਿਕਿਉਰਿਟੀ ਬਹੁਤ ਸੀਰੀਅਸ ਮੁੱਦਾ ਹੈ ਜੀ, ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੱਥੇ ਫੀਮੇਲਸ ਡਾਕਟਰਸ ਹੈ, ਰਾਤ ਨੂੰ ਡਿਊਟੀਜ਼ ਕਰਦੇ ਹੈ, ਠੀਕ ਹੈ, ਰਾਤ ਨੂੰ ਇੱਥੇ ਕੁਛ ਨਹੀਂ ਪਤਾ, ਕੋਈ ਸਿਕਿਉਰਿਟੀ ਨਹੀਂ ਹੈ ਗੇਟ 'ਤੇ, ਕਈ ਵਾਰ ਨਹੀਂ ਹੁੰਦੇ ਸਿਕਿਉਰਿਟੀ ਗਾਰਡਸ, ਇੱਧਰ ਉੱਧਰ ਹੁੰਦੇ ਨੇ, ਉਹ ਵੀ ਕੀ ਕਰਨ, 1 ਜਾਂ 2 ਜਣੇ ਹੋਣਗੇ, ਸਾਰੇ ਹੋਸਪਿਟਲ ਨੂੰ ਕਵਰ ਕਿਵੇਂ ਕਰ ਲੈਣਗੇ ਉਹ, ਠੀਕ ਹੈ। ਸਿਕਿਉਰਿਟੀ ਸਰ ਸਾਨੂੰ ਚਾਹੀਦੀ ਹੈ ਜੀ, ਜਦ ਤੱਕ ਸਾਨੂੰ ਸਿਕਿਉਰਿਟੀ ਮਿਲੇਗੀ ਅਸੀਂ ਕੰਮ ਨਹੀਂ ਕਰਾਂਗੇ। ਹਾਂਜੀ ਹਾਂ, ਸਟ੍ਰਾਈਕ ਦਾ ਫੇਜ਼ 2 ਸਟਾਰਟ ਹੋ ਗਿਆ ਹੈ, ਜਿਵੇਂ ਕਿ ਸਟ੍ਰਾਈਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਪਹਿਲੇ 3 ਦਿਨ ਕਿ ਅਸੀਂ ਹਾਫ ਡੇ OPD ਬੰਦ ਕਰਾਂਗੇ। ਉਹ 3 ਦਿਨਾਂ ਵਿੱਚ ਅਸੀਂ ਜਿੰਨੇ ਵੀ ਮਰੀਜ਼ ਸਾਡੇ ਇਕੱਠੇ ਹੋ ਰਹੇ ਸੀ ਉਹਨਾਂ ਸਾਰਿਆਂ ਨੂੰ ਦੇਖ ਕੇ ਅਟੈਂਡ ਕਰਕੇ ਫਿਰ ਜਾ ਰਹੇ ਸੀ। 8 ਤੋਂ 11 ਸਟ੍ਰਾਈਕ ਕਰ ਰਹੇ ਸੀ ਅਤੇ 11 ਵਜੇ ਤੋਂ ਬਾਅਦ ਜਿੰਨੇ ਵੀ ਮਰੀਜ਼ ਹਸਪਤਾਲ ਆਏ ਹੋਏ ਸੀ ਉਹਨਾਂ ਸਾਰਿਆਂ ਨੂੰ ਅਟੈਂਡ ਕਰਕੇ OPDs ਕਰਕੇ ਫਿਰ ਅਸੀਂ ਜਾ ਰਹੇ ਸੀ। ਪਰ ਕੱਲ੍ਹ ਦੀ ਮੀਟਿੰਗ ਦਾ ਇੰਤਜ਼ਾਰ ਸੀਗਾ ਕਿ ਉਹਦੇ ਵਿੱਚ ਕੋਈ ਅਹਿਮ ਫੈਸਲਾ ਲਿਆ ਜਾਏਗਾ, ਪਰ ਕਿਉਂਕਿ ਐਜ਼ ਐਕਸਪੈਕਟਡ ਰਿਜ਼ਲਟ ਨਹੀਂ ਆਏ ਆ ਮੀਟਿੰਗ ਦੇ, ਤਾਂ ਹੁਣ ਫੇਜ਼ 2 ਸਟਾਰਟ ਕਰ ਦਿੱਤਾ ਗਿਆ ਹੈ ਜਿਸ ਵਿੱਚ OPD ਮੁਕੰਮਲ ਤੌਰ 'ਤੇ ਬੰਦ। ਅਸੀਂ ਫੇਜ਼ 2 ਸਟਾਰਟ ਕੀਤਾ ਜੀ, OPD ਅੱਜ ਮੁਕੰਮਲ ਤੌਰ 'ਤੇ ਬੰਦ ਹੈ। ਇਹਦੇ ਵਿੱਚ ਕੱਲ੍ਹ ਦੀ ਮੀਟਿੰਗ ਵਿੱਚ ਸਾਨੂੰ ਸੀ ਸਰਕਾਰ ਤੋਂ ਉਮੀਦ ਸੀ ਕਿ ਸਰਕਾਰ ਸਾਨੂੰ ਨੋਟੀਫਿਕੇਸ਼ਨ ਦੇਵੇਗੀ, ਪਰ ਸਰਕਾਰ ਨੇ ਕਾਫੀ ਲੰਬਾ ਸਮਾਂ ਪਾਤਾ, 3 ਮਹੀਨੇ ਦਾ ਸਮਾਂ ਮੰਗਿਆ ਔਰ ਰਣਨੀਤੀ ਬਣਾਉਣ ਲਈ ਕਿਹਾ। ਇਸ ਸਾਫ਼ ਤੌਰ 'ਤੇ ਦਿਖ ਰਿਹਾ ਕਿ ਸਰਕਾਰ ਟਾਲਣਾ ਚਾਹੁੰਦੀ ਹੈ, ਫਿਰ ਇਲੈਕਸ਼ਨਸ ਕਰਕੇ ਚੋਣ ਜਾਬਤਾ ਲੱਗ ਜਾਏਗਾ, ਤਾਂ ਸਾਨੂੰ ਸਰਕਾਰ ਤੋਂ ਅਜੇ ਵੀ ਉਮੀਦ ਹੈ ਕਿ ਨੋਟੀਫਿਕੇਸ਼ਨ ਮਿਲੇ ਅਤੇ ਅਸੀਂ ਕੰਮ ਸਟਾਰਟ ਕਰੀਏ। ਅਸੀਂ ਮਜਬੂਰ ਹਾਂ ਸਰਕਾਰ ਦੇ ਹੱਥੋਂ ਕਿ ਸਾਨੂੰ ਅਸੀਂ ਨਹੀਂ ਦੇਖ ਪਾ ਰਹੇ ਇਹਨਾਂ ਨੂੰ, ਜਦੋਂ ਤੱਕ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਅਸੀਂ ਵੀ ਕੰਮ ਨਹੀਂ ਕਰ ਪਾਵਾਂਗੇ। ਹਾਂ, ਅੱਖਾਂ ਦਿਖਾਉਣ ਆਏ ਸੀ, ਪਹਿਲੇ ਸੋਮਵਾਰ ਆਏ ਹਾਂ, ਫਿਰ ਚਲੇ ਗਏ ਵਾਪਿਸ, ਹੁਣ ਫਿਰ 100 ਰੁਪਇਆ ਕਿਰਾਇਆ ਲਗਾ ਕੇ ਆਏ ਹਾਂ, ਹੁਣ ਫਿਰ ਕਹਿੰਦੇ ਆ ਬੰਦ ਹੈ, ਹੁਣ 5-10 ਮਿੰਟ ਦੇਖਦੇ ਹਾਂ, ਨਹੀਂ ਤਾਂ ਫਿਰ ਚਲੇ ਜਾਵਾਂਗੇ, ਹੋਰ ਕੀ ਕਰਾਂਗੇ, ਹੁਣ ਕੀ ਕਰਾਂਗੇ। ਅੱਖਾਂ ਜਦ ਮਤਲਬ ਆਪਰੇਸ਼ਨ ਹੋ ਜਾਵੇ ਦਿਖਾਉਣਾ ਸੀ ਤਾਂ ਫਿਰ ਕੀ ਕਰਦੇ, ਹੁਣ ਦੇਖਾਂਗੇ ਫਿਰ ਜਦੋਂ ਖੁੱਲ੍ਹਣ ਦਾ ਕੋਈ ਪਤਾ ਚੱਲੇਗਾ ਤਾਂ ਦੇਖਾਂਗੇ, ਇੱਥੇ ਨਹੀਂ ਤਾਂ ਪ੍ਰਾਈਵੇਟ ਦਿਖਾਵਾਂਗੇ, ਹੋਰ ਕੀ ਕਰਾਂਗੇ। ਦਿੱਕਤ ਤਾਂ ਹੈ, ਮਤਲਬ ਜਿਸ ਤਰ੍ਹਾਂ ਡਾਕਟਰ ਕਹਿਣਗੇ ਵੀ ਦਾਰੂ ਪਾਉਣਾ ਹੈ ਜਾਂ ਮਤਲਬ ਐਨਕ ਲੱਗਣੀ ਹੈ ਕੀ ਹੋਣਾ, ਉਸ ਕਰਕੇ ਆਉਣਾ ਪਿਆ, ਨਹੀਂ ਤਾਂ ਆਉਣ ਦੀ ਜ਼ਰੂਰਤ ਕੀ ਸੀ। ਇੱਥੇ ਆਏ ਹਾਂ ਜੀ ਪਟਿਆਲੇ ਤੋਂ। ਹਾਂਜੀ ਬੰਦ ਹੈ ਜੀ, ਡਾਕਟਰ ਕਹਿੰਦੇ ਵੀ ਹੜਤਾਲ ਕਰੀ ਹੋਈ ਇਹਨਾਂ ਨੇ। ਹਾਂਜੀ ਪ੍ਰੋਬਲਮ ਹੈ ਜੀ, ਉਹ ਬੇਟੀ ਨੂੰ ਦਿੱਕਤ ਆ ਰਹੀ ਹੈ, ਹੁਣ ਅਸੀਂ ਬੈਠੇ ਹੈਰਾਨ ਹੋ ਰਹੇ ਹਾਂ ਜੀ, ਹੋਰ ਕਿਆ। ਹਾਂਜੀ ਨਸ਼ਾ ਛਡਾਊ ਕੇਂਦਰ 'ਚ ਆਏ ਸੀ ਉਰੇ,
ਹਫ਼ਤੇ ਬਾਅਦ ਦਵਾਈ ਮਿਲਦੀ ਹੈ। ਅੱਗੇ ਹਰੇਕ ਛੁੱਟੀ ਨੂੰ ਉਹ ਵੀ ਦੇ ਦਿੰਦੇ ਨੇ ਜੋ ਵੀ ਬੰਦ ਕਰ ਰੱਖੀ ਇਹਨਾਂ ਨੇ, ਕਹਿੰਦੇ ਬੰਦ 10 ਸੋਮਵਾਰ ਤੱਕ ਮਿਲਦੀ ਨਹੀਂ। ਕਿੱਧਰ ਜਾਵਾਂਗੇ ਅਸੀਂ ਹੁਣ, ਪਰੇਸ਼ਾਨੀ ਪੂਰੀ ਹੋ ਰਹੀ ਆ, ਲੂਜ ਮੋਸ਼ਨ ਲੱਗ ਰਹੇ ਨੇ, ਖੜਿਆ ਜਾਂਦਾ ਨਹੀਂ। ਸਰਕਾਰ ਨੂੰ ਵੀ ਮੰਨਣੇ ਚਾਹੀਦੇ ਨੇ, ਇਹ ਵੀ ਗੌਰ ਕਰਨ ਵੀ ਜਿਹੜੇ ਅਮਲੀ ਨੇ ਉਹ ਕਿੱਧਰ ਜਾਣਗੇ। ਡਾਕਟਰਾਂ ਨੂੰ ਵੀ ਸੋਚਣਾ ਚਾਹੀਦਾ ਇਹ ਗੱਲ ਨਾ, ਸਰਕਾਰ ਨਾਲ ਟੱਕਰ ਆ ਬੰਦ ਰੱਖਣ ਸਾਰਾ ਕੁਛ, ਜਾਂ ਤਾਂ ਇਹ ਸਰਕਾਰ ਚਲਾਉਂਦੀ ਉਹਨਾਂ ਕੰਮ, ਜੇ ਚਲਾ ਤਾਂ ਫਿਰ ਹੁਣ ਕਿਉਂ ਪ੍ਰੋਬਲਮ 'ਚ ਪਾ ਰਹੀ ਆ? ਡੇਲੀ ਦਾ 100-200 ਬੰਦਾ ਆਉਂਦਾ, ਬਾਹਲਾ ਔਖਾ ਹੋ ਰਿਹਾ। ਸਰਕਾਰ ਨੂੰ ਕੀ ਅਪੀਲ ਕਰਨੀ ਆ ਵੀ ਅੱਗੇ ਨੂੰ ਇਹਨੂੰ ਸਾਲੀ ਨੂੰ ਵੋਟਾਂ ਹੀ ਨਾ ਪਾਓ।